कि इस घर का लड़का एक कुड़ी भजा के लैके गया सी और कुड़ी वाले ने दस दिया कि एक घर नू अग ला देती है। सो घर नू अग ला दिती गई है, घर विच कोई भी नहीं सीगा। रात नू 12 बजे आस पड़ोस वाले नू पता लगा तो उस तो बाद उन्होंने फायर ब्रिगेड नू फोन किया। भैन जी तुहाडा घर आया है? हाँ जी हाँ जी। किन्ने का नुकसान होया जी? लख 1.5 लाख का समान सीगा जी, सारा बाकी मैं लोन चुकिया सी, 50,000 मेरे ओहदे विच पए सी, बैड च सारा सुभा बनाता, कुछ नहीं छड्डिया। ਮੇਰੀ ਮਿਸੀ ਦਾ ਟਿੱਲੇ ਸਾਨੂੰ 10 ਦਿਨ ਤੋਂ ਅਸੀਂ ਫਰੀਦਕੋਟ ਐਡਮਿਟ ਹੈਗੇ ਸੀ ਮਿਸੀ ਮੇਰੀ, ਠੀਕ ਹੈ। ਹੁਣ ਸਾਨੂੰ ਰਾਤ 1 ਵਜੇ ਫੋਨ ਗਿਆ ਵੀ ਤੁਹਾਡੇ ਘਰੇ ਅੱਗ ਲੱਗ ਗਈ ਅਤੇ ਸਾਡੇ ਘਰੇ ਕੋਈ ਵੀ ਨਹੀਂ ਸੀਗਾ ਜੀ। ਕਿੰਨੇ ਕੁ ਦਾ ਨੁਕਸਾਨ ਹੋਇਆ ਤੁਹਾਡਾ? ਸਾਨੂੰ ਘੱਟੋ ਘੱਟ ਜੀ 1.5 ਲੱਖ ਦਾ, 50,000 ਰੁਪਇਆ ਦਾ ਨਗਦ ਪਿਆ ਸੀ, ਹੁਣ ਲੋਨ ਕਰਵਾਇਆ ਸੀ, ਲੇਡੀਜ਼ ਲੋਨ ਕਰਵਾਇਆ ਸੀ, ਉਹ ਬੈੱਡ ਦੇ ਵਿੱਚ ਪਿਆ ਸੀ, ਉਹ ਸਾਰਾ ਸੁਆਹ ਹੋ ਗਿਆ ਜੀ। ਅੰਦਰ ਕੋਈ ਚੀਜ਼ ਇਹੋ ਜਿਹੀ ਨਹੀਂ ਬਚੀ ਜਿਹੜੀ ਨਾ ਸੜੀ ਹੋਵੇ। ਤੁਸੀਂ ਦੇਖ ਸਕਦੇ ਹੋ ਕਿ ਜਿਹਦੇ ਘਰ ਦੇ ਅੱਗ ਲੱਗੀ ਹੈ ਉਹਨਾਂ ਦੇ ਲੇਡੀ ਜਿਹੜੇ ਹੈਗੇ ਆ ਸਦਮੇ ਕਾਰਨ ਜਿਹੜਾ ਹੈਗਾ ਉਹ ਕਾਫੀ ਢਿੱਲੇ ਹੋ ਗਏ ਆ। ਘਰ ਦੇ ਵਿੱਚ ਚੱਪਲ ਲੈਣੀ ਵੀ ਉਹਨੂੰ ਮੁਸ਼ਕਲ ਆ, ਆਪਣੇ ਬੱਚੇ ਦੀ ਪੜ੍ਹਾਈ ਦੀ ਕਾਪੀ ਲੈਣੀ ਵੀ ਮੁਸ਼ਕਲ ਆ, ਪਰ ਇਹਨਾਂ ਲੋਕਾਂ ਨੇ ਸਾਜ਼ਿਸ਼ ਰਚੀ ਤੇ ਇੰਨਾ ਨੁਕਸਾਨ ਕੀਤਾ ਇਹਨਾਂ ਗਰੀਬਾਂ ਦਾ। ਅਸੀਂ ਤਾਂ ਇਹ ਕਹਾਂਗੇ ਇਹਨਾਂ ਨੂੰ ਇੰਨਾ ਨੁਕਸਾਨ ਮਿਲਣਾ ਚਾਹੀਦਾ ਔਰ ਬਣਦੀ ਸਜ਼ਾ ਉਹਨਾਂ ਨੂੰ ਮੁੰਡਿਆਂ ਨੂੰ ਮਿਲਣੀ ਚਾਹੀਦੀ, ਕੁੜੀ ਵਾਲਿਆਂ ਨੂੰ ਮਿਲਣੀ ਚਾਹੀਦੀ ਹੈ। ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕੋਟਕਪੁਰਾ ਦੇ ਵਿੱਚ ਇੱਕ ਲੜਕੀ ਨੂੰ ਲਿਜਾਣ ਅਤੇ ਲੜਕੀ ਨੂੰ ਘਰੋਂ ਭਜਾਉਣ ਦੇ ਸੰਬੰਧ ਦੇ ਵਿੱਚ ਲੜਕੀ ਦੇ ਪਰਿਵਾਰ ਵੱਲੋਂ ਇਸ ਘਰ ਨੂੰ ਅੱਗ ਲਾ ਦਿੱਤੀ ਗਈ ਹੈ। ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਮਾਨ ਜਿਹੜਾ ਹੈਗਾ ਬਿਲਕੁਲ ਸੜ ਕੇ ਸਵਾਹ ਹੋ ਚੁੱਕਿਆ ਔਰ ਪੁਲਿਸ ਜਿਹੜੀ ਹੈਗੀ ਹੈ ਇਸ ਦੀ ਕੀ ਕਾਰਵਾਈ ਕਰਦੀ ਹੈ ਦੱਸਿਆ ਜਾ ਰਿਹਾ ਕਿ ਦੋਨੇ ਬਾਲਕ ਹੈ, ਲੜਕੀ ਵੀ ਔਰ ਲੜਕਾ ਵੀ। ਲੜਕੀ ਜਿਹੜੀ ਹੈਗੀ ਹੈ ਉਹ ਬਾਲਮੀਕੀ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਔਰ ਦੂਸਰੇ ਪਰਿਵਾਰ ਜਿਹੜੇ ਲੜਕੇ ਵਾਲੇ ਆ ਉਹ ਰਾਜਪੂਤ ਹੈ। ਸੋ ਘਰ ਨੂੰ ਅੱਗ ਲਾ ਦਿੱਤੀ ਗਈ ਹੈ, ਘਰ ਵਿੱਚ ਕੋਈ ਵੀ ਨਹੀਂ ਸੀਗਾ। ਰਾਤ ਨੂੰ 12 ਵਜੇ ਆਸ ਪੜੋਸ ਵਾਲੇ ਨੂੰ ਪਤਾ ਲੱਗਾ ਅਤੇ ਉਸ ਤੋਂ ਬਾਅਦ ਉਹਨਾਂ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਸੋ ਪੂਰੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਸਭ ਤੋਂ ਪਹਿਲਾਂ ਕੰਪਿਊਟਰ ਦੀ ਦਿਸ਼ਾ ਤੁਸੀਂ ਦੇਖ ਸਕਦੇ ਹੋ ਕਿ ਕੰਪਿਊਟਰ ਕਿਸ ਤਰ੍ਹਾਂ ਸੜ ਕੇ ਜਿਹੜਾ ਸਵਾਹ ਹੋਇਆ। ਸੋ ਇਸ ਤਰ੍ਹਾਂ ਦੇ ਸਾਰਾ ਸਮਾਨ ਜਿਹੜਾ ਹੈਗਾ ਉਹ ਸੜ ਕੇ ਜਿਹੜਾ ਹੈਗਾ ਸਵਾਹ ਹੋ ਚੁੱਕਿਆ, ਦੇਖ ਸਕਦੇ ਹੋ ਤਸਵੀਰਾਂ, ਠੀਕ ਹੈ। ਔਰ ਕੁਲਤਾਰ ਸਿੰਘ ਸੰਧਮਾ ਦੇ ਭਰਾ ਨਾਲ ਗੱਲਬਾਤ ਵੀ ਕਰਦੇ ਹਾਂ। ਸੋ ਫਿਲਹਾਲ ਦੱਸ ਦਈਏ ਕਿ ਇਸ ਘਰ ਦਾ ਲੜਕਾ ਇੱਕ ਕੁੜੀ ਭਜਾ ਕੇ ਲੈ ਕੇ ਗਿਆ ਸੀ ਔਰ ਕੁੜੀ ਵਾਲੇ ਨੇ ਦੱਸਦੇ ਆ ਕਿ ਇਹ ਘਰ ਨੂੰ ਅੱਗ ਲਾ ਦਿੱਤੀ ਹੈ। ਸੋ ਤਸਵੀਰਾਂ ਤੁਹਾਨੂੰ ਬਿਲਕੁਲ ਪਹਿਲਾਂ ਅਸੀਂ ਅੰਦਰ ਦੀਆਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਪੂਰਾ ਸਮਾਨ ਜਿਹੜਾ ਹੈਗਾ ਸੜ ਕੇ ਸਵਾਹ ਹੋ ਗਿਆ। ਰਾਤ ਨੂੰ ਵੀ ਜੇੜਾ ਮਾਰਦੇ ਸੀ, ਦੇਖ ਸਕਦੇ ਹੋ ਤੁਸੀਂ ਪੂਰਾ ਸਮਾਨ ਜਿਹੜਾ ਹੈਗਾ ਸੜ ਕੇ ਸਵਾਹ ਹੋ ਗਿਆ। ਸੋ ਦੱਸਿਆ ਜਾਂਦਾ ਹੈ ਕਿ ਇਸ ਪਰਿਵਾਰ ਦਾ ਲੜਕਾ ਕੁੜੀ ਭਜਾ ਕੇ ਲੱਗਿਆ ਸੀਗਾ, ਸੋ ਉਸ ਦੀ ਰੰਜਿਸ਼ ਨੂੰ ਲੈ ਕੇ ਇਹ ਅੱਗ ਜਿਹੜੀ ਹੈਗੀ ਲਾਈ ਗਈ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ, ਬਿਲਕੁਲ ਮਕਾਨ ਦੇ ਅੰਦਰ ਜੋ ਵੀ ਸਮਾਨ ਸੀਗਾ ਉਹ ਮਸ਼ੀਨ ਤੁਸੀਂ ਦੇਖ ਸਕਦੇ ਹੋ, ਕੱਪੜੇ ਸਿਉਣ ਵਾਲੀ ਮਸ਼ੀਨ ਜਿਹੜੀ ਹੈਗੀ ਹੈ ਕਿਸ ਤਰ੍ਹਾਂ ਦੀ ਸਥਿਤੀ ਹੋਈ ਹੈ ਮਸ਼ੀਨ ਦੀ, ਬਿਲਕੁਲ ਸਮਾਨ ਕੋਈ ਨਹੀਂ ਰਿਹਾ। ਔਰ ਮੈਂ ਰਾਤ ਘਰੇ ਨਹੀਂ ਸੀ ਜੀ, ਮੈਨੂੰ ਰਾਤੀ ਪਤਾ ਲੱਗਿਆ ਵੀ ਇਹਨਾਂ ਦੇ ਆਏ ਚਾਂਸ ਹੋ ਗਏ ਜੀ, ਮੈਂ ਸਵੇਰੇ ਆਈ ਅਤੇ ਪਰ 2-3 ਦਿਨ ਪਹਿਲਾਂ ਸਾਡੇ ਕੋਲ ਦਿਨੇ ਬੰਦੇ ਪੁੱਛਦੇ ਸੀ ਜੀ ਇਹ ਘਰ ਕਿੱਥੇ ਹੈਗੇ, ਅਸੀਂ ਆਖਿਆ ਜੀ ਸਾਨੂੰ ਕੋਈ ਪਤਾ ਨਹੀਂ ਜੀ ਇਹ ਕਿੱਥੇ ਹੈਗੇ, ਸਾਨੂੰ ਪੁੱਛ ਕੇ ਚਲੇ ਜਾਂਦੇ ਸੀਗੇ ਕਦੋਂ ਆਉਣਗੇ, ਅਸੀਂ ਕਹਿੰਦੇ ਸਾਨੂੰ ਕੋਈ ਪਤਾ ਨਹੀਂ ਜੀ ਇਹ ਕਿਸ ਟਾਈਮ ਆਉਣਗੇ, ਸਾਨੂੰ ਪੁੱਛਦੇ ਸੀ ਇਹਨਾਂ ਦੇ ਰਿਸ਼ਤੇਦਾਰਾਂ ਦੇ ਘਰ ਪਤਾ, ਅਸੀਂ ਆਖਿਆ ਨਹੀਂ ਜੀ ਅਸੀਂ ਨਹੀਂ ਜਾਣਦੇ। ਭੈਣ ਜੀ ਤੁਹਾਡਾ ਘਰ ਆਇਆ ਹੈ? ਹਾਂਜੀ ਹਾਂਜੀ। ਕਿੰਨੇ ਕੁ ਦਾ ਨੁਕਸਾਨ ਹੋਇਆ ਜੀ? 1.5 ਲੱਖ ਦਾ ਸਮਾਨ ਸੀਗਾ ਜੀ, ਸਾਰਾ ਬਾਕੀ ਮੈਂ ਲੋਨ ਚੱਕਿਆ ਸੀ, 50,000 ਮੇਰੇ ਉਹਦੇ ਵਿੱਚ ਪਏ ਸੀ, ਬੈੱਡ 'ਚ ਸਾਰਾ ਸੁਭਾਅ ਬਣਾਤਾ, ਕੁਛ ਨਹੀਂ ਛੱਡਿਆ। ਜਿਹੜਾ ਮੁੰਡਾ ਹੁਣ ਲੜਕੀ ਲੈ ਕੇ ਗਿਆ ਤੁਹਾਡਾ ਦਿਓਰ ਸੀਗਾ ਜੀ ਉਹ? ਹਾਂਜੀ ਤੁਹਾਡਾ ਦਿਓਰ ਸੀਗਾ ਜੀ। ਹਾਂਜੀ। ਅਤੇ ਹੁਣ ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਮੰਗਦੇ ਹੋ, ਕੀ ਕਾਰਵਾਈ ਹੋਣੀ ਚਾਹੀਦੀ ਹੈ? ਅਸੀਂ ਕਹਿੰਦੇ ਵੀ ਉਹਨਾਂ 'ਤੇ ਕੀਤੀ ਜਾਵੇ ਕਾਰਵਾਈ, ਬਸ ਕੋਈ ਮੇਰਾ ਤਾਂ। ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਮਾ ਦੇ ਬ੍ਰਦਰ ਵੀ ਇੱਥੇ ਆਏ ਸੀ, ਜਿਹੜੇ ਵਕੀਲ ਹੈਗੇ ਐਡਵੋਕੇਟ ਆਏ, ਉਹਨਾਂ ਨੇ ਤੁਹਾਨੂੰ ਕੀ ਭਰੋਸਾ ਦਿੱਤਾ ਹੈ? ਉਹਨਾਂ ਨੇ ਤਾਂ ਹੀ ਆਖਿਆ, ਕਹਿੰਦੇ ਵੀ ਕਰਾਂਗੇ ਅਸੀਂ ਸਾਰਾ ਕੁਛ, ਕਹਿੰਦੇ ਕਾਰਵਾਈ। ਤੁਸੀਂ ਕੀ ਕੰਮ ਕਰਦੇ ਹੋ? ਮਾਤਾ ਜੀ ਘਰਾਂ 'ਚ ਕਰਦੇ ਹਾਂ। ਮਤਲਬ ਘਰਾਂ 'ਚ ਕੰਮ ਕਰਦੇ ਹੋ? ਹਾਂਜੀ। ਕਿਹੜੀ ਜਾਤੀ ਨਾਲ ਸੰਬੰਧ ਤੁਹਾਡਾ?
ਰਾਜਪੂਤ ਜੀ ਜਿਵੇਂ ਸ਼ੱਕਿਆ ਕਹਿ ਦਿੰਦੇ ਆ ਰਾਜਪੂਤ ਦੇ ਵਿੱਚ ਤੁਸੀਂ ਹਾਂਜੀ ਤੇ ਜਿਹੜੇ ਦੂਸਰੀ ਲੜਕੀ ਦੇ ਪਰਿਵਾਰ ਉਹ ਕਿਹੜੀ ਜਾਤੀ ਸੀ ਇਹਨੇ ਬੈੱਡ ਤੇ ਪਾ ਦੇ ਖੁਸ਼ਮ ਉਹ ਇਹਨਾਂ ਦੀ ਸੋ ਤੁਸੀਂ ਦੇਖ ਸਕਦੇ ਹੋ ਕਿ ਲੜਕੀ ਭਜਾਉਣ ਤੋਂ ਬਾਅਦ ਲੜਕਾ ਜਿਹੜਾ ਹੈਗਾ ਲੜਕੀ ਲਿਜਾਉਣ ਤੋਂ ਬਾਅਦ ਕੁਲਤਾਰ ਸਿੰਘ ਸੰਧਮਾ ਵਿਧਾਨ ਸਭਾ ਸਪੀਕਰ ਦੇ ਬ੍ਰਦਰ ਸਾਡੇ ਜੁੜੇ ਆ ਸਤਿ ਸ਼੍ਰੀ ਅਕਾਲ ਜੀ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਹੋ ਜੀ ਵਧੀਆ ਜੀ ਆਹ ਕੰਮ ਮਾੜਾ ਹੋਇਆ ਬਹੁਤ ਮਾੜਾ ਹੋਇਆ ਜੀ ਹਾਂਜੀ ਅਤੇ ਦੇਖੋ ਚਲੋ ਲੜਕੀ ਲੈ ਕੇ ਗਿਆ ਤਾਂ ਮਾੜੀ ਗੱਲ ਹੈ ਪਰ ਘਰ ਨੂੰ ਇਸ ਤਰ੍ਹਾਂ ਅੱਗ ਲਾਉਣੀ ਜਿਹੜੀ ਹੈਗੀ ਕੀ ਲੱਗਦੇ ਤੁਹਾਨੂੰ ਕਿਸ ਤਰ੍ਹਾਂ ਦੇਖ ਰਹੇ ਤੁਸੀਂ ਇਹ ਤਾਂ ਬਹੁਤ ਮੰਦਭਾਗੀ ਘਟਨਾ ਹੈ ਜੀ ਐਂ ਕਿਸੇ ਦਾ ਰੈਣ ਵਸੇਰੇ ਨੂੰ ਮਤਲਬ ਕਰਨਾ ਵੈਰੀਫਾਈ ਕਰਨਗੇ ਜੀ ਆ ਰਹੇ ਆ ਸੱਚੋ ਮੀਟਿੰਗ 'ਚ ਆਉਣਗੇ ਆਪ ਆ ਕੇ ਇੱਥੇ ਵੇਖਣਗੇ ਕੀ ਘੋਖ ਕਰਨਗੇ ਵੀ ਕਿਹਦਾ ਇਹ ਕੌਣ ਜ਼ਿੰਮੇਵਾਰ ਆ ਉਹਦੇ ਖਿਲਾਫ ਸਖ਼ਤ ਕਾਰਵਾਈ ਕਰਨਗੇ ਅਤੇ ਗੱਲ ਹੋ ਗਈ ਜਿਹੜਾ ਲੜਕਾ ਜਿਹੜਾ ਲੜਕੀ ਨੂੰ ਭਜਾ ਕੇ ਲੈ ਗਿਆ ਉਹ ਰਹਿੰਦਾ ਇੱਥੇ ਸੀਗਾ ਮੁੰਡਾ ਉਹ ਇੱਥੇ ਰਹਿੰਦਾ ਸੀ ਇੱਥੇ ਰਹਿੰਦਾ ਸੀ ਇਹ ਇਹਨਾਂ ਦਾ ਕੋਈ ਮੇਰਾ ਖਿਆਲ ਕੋਈ ਮੈਡੀਕਲ ਦਾਖਲਾ ਅਤੇ ਘਰ ਵਿਹਲਾ ਸੀ ਹੈ ਨਾ ਹਾਂਜੀ ਮੇਰੀ ਮਿਸੀ ਦਾ ਢਿੱਲੇ ਸਾਨੂੰ 10 ਦਿਨ ਤੋਂ ਅਸੀਂ ਫਰੀਦਕੋਟ ਐਡਮਿਟ ਹੈਗੇ ਸੀ ਮਿਸੀ ਮੇਰੀ ਠੀਕ ਹੈ ਹੁਣ ਸਾਨੂੰ ਰਾਤ 1 ਵਜੇ ਫੋਨ ਗਿਆ ਵੀ ਤੁਹਾਡੇ ਘਰੇ ਅੱਗ ਲੱਗ ਗਈ ਅਤੇ ਸਾਡੇ ਘਰੇ ਕੋਈ ਵੀ ਨਹੀਂ ਸੀਗਾ ਜੀ ਹਾਂਜੀ ਤਾਂ ਕਰਕੇ ਫਿਰ ਅਸੀਂ ਹੁਣ ਸਵੇਰੇ ਅੱਗ ਦੇਖਿਆ ਪਰ ਸਾਰਾ ਕੁਛ ਮੁਹੱਲੇ ਵਾਲੇ ਨੇ ਵੀ ਬਸ ਇੰਨੀ ਮੁਸ਼ਕਲ ਦੇ ਨਾਲ ਅੱਗ ਬੁਝਾਈ 2-2.5 ਘੰਟਿਆਂ ਦੇ ਵਿੱਚ ਨਹੀਂ ਮਸਲਾ ਕੀ ਸੀਗਾ ਲੜਕੀ ਭਜਾ ਕੇ ਲੈ ਗਿਆ ਸੀ ਇਹੀ ਮਸਲਾ ਹਾਂਜੀ ਮਸਲਾ ਆਹੀ ਸੀਗਾ ਵੀ ਪਹਿਲਾਂ ਕਾਫੀ ਵਾਰੀ ਪੰਚਾਇਤਾਂ ਵੀ ਬੈਠੀਆਂ ਨੇ ਜੀ ਪਰ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਮੰਨ ਜਾਓ ਵੀ ਅਸੀਂ ਬਥੇਰੇ ਮੰਤਾਂ ਤਰਲੇ ਕੀਤੇ ਬਈ ਉਹਨਾਂ ਨਾਲ ਉਹ ਉਹਨਾਂ ਦੇ ਫਾਦਰ ਸਾਹਿਬ ਮੰਨ ਗਏ ਸੀ ਪਰ ਉਹਨਾਂ ਦੇ ਬੇਟੇ ਨਹੀਂ ਮੰਨੇ ਸੀਗੇ ਉਸ ਤੋਂ ਬਾਅਦ ਫਿਰ ਉਹਨਾਂ ਦੀ ਬੇਟੀ ਦਾ ਵੀ ਫੋਨ ਆਇਆ ਕਹਿੰਦੀ ਵੀ ਮੈਂ ਤੇਰੇ ਬਗੈਰ ਨਹੀਂ ਰਹਿਣਾ ਗਾ ਵੀ ਤੂੰ ਮੈਨੂੰ ਲੈ ਕੇ ਜਾ ਨਹੀਂ ਤਾਂ ਮੈਂ ਕੁਛ ਖਾਊਂਗੀ ਠੀਕ ਹੈ ਫਿਰ ਉਸ ਤੋਂ ਬਾਅਦ ਫਿਰ ਬਾਅਦ 'ਚ ਕਾਫੀ ਦਿਨ ਨਿਕਲ ਕੇ 1.5-1.5 ਮਹੀਨਾ ਨਿਕਲ ਗਿਆ ਸੀ ਪਰ ਸ਼ਨੀਵਾਰ ਇਹਨਾਂ ਨੂੰ ਚਾਂਦ ਚੱਕ ਕੇ ਇਹਨਾਂ ਨੂੰ ਕਿੱਥੇ ਗਲੀ 'ਚ ਮੇਲ ਹੋਇਆ ਉਹ ਕਹਿੰਦੇ ਵੀ ਮੈਨੂੰ ਲੈ ਕੇ ਜਾ ਨਹੀਂ ਤਾਂ ਮੈਂ ਮਰਦੀ ਹਾਂ ਜੀ ਲੜਕੀ ਦੀ ਉਮਰ ਕਿੰਨੀ ਆ ਉਹਦੇ ਨੀਅਰ ਅਬਾਊਟ ਹੋ ਗਈ 22-23 ਸਾਲ ਦੀ ਉਮਰ ਹੋਏਗੀ ਮੁੰਡੇ ਦੀ ਕਿੰਨੀ ਹੈਗੀ ਉਹਦੀ 25-26 ਸਾਲ ਦੇ ਨੇੜੇ ਹੈਗੀ ਉਮਰ ਜੀ ਅਤੇ ਸੰਧਮਾ ਸਾਹਿਬ ਹੁਣ ਕੀ ਅਗਲੀ ਕਾਰਵਾਈ ਕੀ ਹੋਊਗੀ ਫਿਰ ਦੇਖੋ ਜੀ ਮੈਂ ਪਹਿਲਾਂ ਅੰਦਰ ਜਾ ਕੇ ਖੁਦ ਵੇਖਿਆ ਇਹਨਾਂ ਦੇ ਪਤੰਗ ਸੀ ਬੱਚਿਆਂ ਵਾਲੇ ਸ਼ਾਇਦ ਵੇਚਣ ਵਾਸਤੇ ਰੱਖੇ ਹੁਣ ਜਾਂ ਉਹ ਪਤੰਗਾਂ ਨੂੰ ਅੱਗ ਲਾ ਕੇ ਥਾਂ ਥਾਂ ਰੱਖਿਆ ਗਿਆ ਬਿੱਡਾਂ 'ਤੇ ਵੀ ਰੱਖਿਆ ਗਿਆ ਕੁਛ ਕੁਛ ਸਮਾਨ ਮੱਚ ਗਿਆ ਕੁਛ ਬਚ ਗਿਆ ਕੁਦਰਤੀ ਠੀਕ ਹੈ ਜਿੱਥੇ ਲੋਹੇ ਦਾ ਸਮਾਨ ਸੀ ਜਾਂ ਹਾਰਡ ਸਮਾਨ ਸੀ ਉਹ ਬਚ ਗਿਆ ਅਗਲੀ ਕਾਰਵਾਈ ਹੁਣ ਐਕਸ਼ਨ ਲਵਾਂਗੇ ਜੀ ਜਿਹਦੇ ਖਿਲਾਫ਼ ਬਣਦਾ ਵੀ ਕੌਣ ਇਹਦਾ ਮੇਨ ਕਿੰਗ ਪਿੰਨ ਕੌਣ ਆ ਕੌਣ ਦੋਸ਼ੀ ਹੈ ਹੈਂਜੀ ਜੀ ਬਿਲਕੁਲ ਹਾਂ ਸਖ਼ਤ ਕਾਰਵਾਈ ਕਰਾਂਗੇ ਕਰਾਵਾਂਗੇ ਸਿਫਾਰਿਸ਼ ਵੀ ਕਰਦੇ ਹਾਂ ਸਖ਼ਤ ਕਾਰਵਾਈ ਦੋਸ਼ੀਆਂ ਬਿਲਕੁਲ ਗਰੀਬ ਪਰਿਵਾਰ ਹੈ ਚਲੋ ਜਿਹੜਾ ਮੁੰਡਾ ਦੋਸ਼ੀ ਹੈ ਉਹ ਤਾਂ ਕਾਰਵਾਈ ਹੋਣੀ ਚਾਹੀਦੀ ਹੈ ਪਰ ਘਰ ਨੂੰ ਅੱਗ ਲਾਉਣਾ ਜਿਹੜਾ ਹੈਗਾ ਬਹੁਤ ਬਹੁਤ ਮੰਦਭਾਗੀ ਗੱਲ ਹੈ ਅੱਗ ਲਾਉਣ ਤਾਂ ਬੇਵਕੂਫੀ ਅਸੀਂ ਕਿਸੇ ਦਾ ਕੀ ਮਾੜਾ ਕੀਤਾ ਹੈਗਾ ਚਲੋ ਔਰ ਬਾਲਿਕ ਹੈਗੇ ਜੀ ਆਪਦਾ ਜੋ ਮਰਜ਼ੀ ਕੁਛ ਕਰ ਲਿਆ ਠੀਕ ਹੈ ਅਸੀਂ ਤਾਂ ਕੁਛ ਨਹੀਂ ਕਰੀ ਤਾਂ ਮਾਫ਼ੀ ਵੀ ਮੰਗਦੇ ਹਾਂ ਚਲੋ ਵੀ ਜਵਾਕਾਂ ਨੇ ਗਲਤੀ ਕਰ ਲਈ ਹੁਣ ਭੁਗਤਨੀ ਪਈ ਪਰ ਇਹੋ ਜਿਹੀ ਗਲਤੀ ਤਾਂ ਨਾ ਕਰ ਵੀ ਕਿਸੇ ਦਾ ਘਰ ਮਕਾਨ ਸਾੜ ਕੇ ਸਾਨੂੰ ਬੇਕਾਰ ਕੀਤਾ ਗਿਆ ਜੀ ਕਿੰਨੇ ਕੁ ਦਾ ਨੁਕਸਾਨ ਹੋਇਆ ਤੁਹਾਡਾ ਉਹਨਾਂ ਦਾ ਸਾਨੂੰ ਘੱਟੋ ਘੱਟ ਜੀ 1-1.5 ਲੱਖ ਦਾ 50,000 ਰੁਪਏ ਦਾ ਨਗਦ ਪਿਆ ਸੀ ਹੁਣ ਲੋਨ ਕਰਵਾਇਆ ਸੀ ਲੇਡੀਜ਼ ਲੋਨ ਕਰਵਾਇਆ ਸੀ ਉਹ ਬੈੱਡ ਦੇ ਵਿੱਚ ਪਿਆ ਸੀ ਉਹ ਸਾਰਾ ਸੁਆਹ ਹੋ ਗਿਆ ਜੀ LCD ਸੀਗੀ ਕੰਪਿਊਟਰ ਸੀਗਾ ਕੰਪਿਊਟਰ DVR ਸੀ ਵਾਸ਼ਿੰਗ ਮਸ਼ੀਨ ਆ ਪਈ ਬਾਹਰ ਸਾਰਾ ਇੱਕਦਮ ਨੁਕਸਾਨ ਹੋ ਗਿਆ ਜੀ ਕੱਪੜਾ ਲਿੱਤਾ ਸਾਰਾ ਹੋ ਗਿਆ ਜੀ ਕੁਲਤਾਰ ਸਿੰਘ ਸੰਧਮਾ ਦੇ ਬ੍ਰਦਰ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕੁਲਤਾਰ ਸਿੰਘ ਸੰਧਮਾ ਵਿਧਾਨ ਸਭਾ ਸਪੀਕਰ ਦੋਵਾਂ ਦੀ ਰਜਾਮੰਦੀ ਹੋਈ ਦੋਨੋਂ ਹੀ ਗਏ ਆ ਜੀ ਅਸੀਂ ਇੱਕ ਦੇ ਨਹੀਂ ਕਹਿੰਦੇ ਇੱਕ ਹੱਥ ਨਾਲ ਤਾਲੀ ਨਹੀਂ ਵੱਜਦੀ ਜੀ ਅਤੇ ਲੜਕੀ ਪਹਿਲਾਂ ਤੁਹਾਡੇ ਘਰ ਇੱਥੇ ਆਈ ਸੀ ਵੈਸੇ ਉਹ ਜੇ ਜਾਣ ਤੋਂ ਪਹਿਲਾਂ ਨਹੀਂ ਜੀ ਘਰ ਇੱਥੇ ਨਹੀਂ ਆਈ ਉਹ ਬਾਲਮੀਕ ਚੌਂਕ 'ਚ ਮਿਲੇ ਅਸੀਂ ਜੀ ਉੱਥੇ ਰਸਤੇ 'ਚ ਮਿਲੇ ਗਏ ਹਾਂਜੀ ਰਸਤੇ 'ਚ ਮਿਲੇ ਤਾਂ ਸਵੇਰੇ ਕੰਮ 'ਤੇ ਜਾ ਰਿਹਾ ਸੀ ਸਵੇਰੇ 10 ਵਜੇ ਦਾ ਟਾਈਮ ਸੀ ਕੰਮ 'ਤੇ ਜਾ ਰਿਹਾ ਸੀ ਜੀ ਸੋ ਦੁਬਾਰਾ ਫਿਰ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਗਰੀਬ ਪਰਿਵਾਰ ਹੈ ਘਰਾਂ ਦੇ ਵਿੱਚ ਕੰਮ ਕਰਕੇ ਗੁਜ਼ਾਰਾ ਕਰਦੇ ਸੀਗੇ ਔਰ ਘਰ ਦੇ ਵਿੱਚ ਤਕਰੀਬਨ ਸਾਰਾ ਸਮਾਨ ਜਿਹੜਾ ਹੈਗਾ ਤੁਸੀਂ ਬਾਹਰ ਦੀਆਂ ਤਸਵੀਰਾਂ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਦੇਖੋ ਕਿ ਸਾਰਾ ਸਮਾਨ ਸੜ ਕੇ ਜਿਹੜਾ ਸਵਾਹ ਹੋ ਗਿਆ ਔਰ ਅੰਦਰ ਕੋਈ ਚੀਜ਼ ਇਹੋ ਜਿਹੀ ਨਹੀਂ ਬਚੀ ਜਿਹੜੀ ਨਾ ਸੜੀ ਹੋਵੇ ਚਾਹੇ ਉਹ ਫਰਿੱਜ ਲਾ ਲਓ ਬੈੱਡ ਲਾ ਲਓ ਜਾਂ ਕੁਛ ਵੀ ਲਾ ਲਓ ਅਤੇ ਦੱਸਦੇ ਕਿ 50,000 ਰੁਪਏ ਇੱਕ ਨਗਦ ਵੀ ਪਿਆ ਸੀਗਾ ਜੋ ਲੋਨ ਵਗੈਰਾ ਕੀਤਾ ਸੀ ਕਿ ਜਿਸ ਤਰ੍ਹਾਂ ਲੇਡੀਜ਼ ਲੋਨ ਵਗੈਰਾ ਕਰਦੀਆਂ ਅਤੇ ਬਿਲਕੁਲ ਜਿਹੜਾ ਹੈਗਾ ਉਹ ਸੜ ਗਿਆ ਜਿਹੜੇ ਹੈਗੇ ਆ ਕੁਰਸੀ ਤੁਸੀਂ ਦੇਖ ਸਕਦੇ ਹੋ ਕੁਰਸੀ ਦੀ ਦਿਸ਼ਾ ਜਿਹੜੀ ਹੈਗੀ ਹੈ ਕਿਸ ਤਰ੍ਹਾਂ ਦੀ ਹੋਈ ਤੁਸੀਂ ਦੇਖ ਸਕਦੇ ਹੋ ਕਿ ਇਹੋ ਜਿਹੀ ਕੋਈ ਚੀਜ਼ ਨਹੀਂ ਹੈ ਜੋ ਸੜੀ ਨਾ ਹੋਵੇ ਸੋ ਪਰਿਵਾਰ ਦੀ ਮੰਗ ਹੀ ਇਹ ਹੈ ਕਿ ਜੇਕਰ ਦੋਸ਼ ਸੀ ਅਤੇ ਦੋਸ਼ੀ 'ਤੇ ਕਾਰਵਾਈ ਹੋਣੀ ਚਾਹੀਦੀ ਸੀ ਕੀ ਮਸਲਾ ਕੀ ਸਾਨੂੰ ਇਹੀ ਦੱਸ ਦਿਓ ਮਾੜਾ ਬਸ ਕੋਈ ਮਸਲਾ ਨਹੀਂ ਆਕਾਸ਼ਦੀਪ ਕਿਹਦੇ ਨਾਲ ਕਿਹਦਾ ਨਾਮ ਹੈ ਮੇਰਾ ਆਕਾਸ਼ਦੀਪ ਨਹੀਂ ਮੇਰਾ ਆਕਾਸ਼ ਨਾਮ ਆਕਾਸ਼ ਚਲੋ ਸਾਨੂੰ ਪਤਾ ਨਹੀਂ ਨਾ ਚੰਗੀ ਤਰ੍ਹਾਂ ਕਿ ਉਹ ਘਰ ਨੂੰ ਅੱਗ ਉੱਗ ਲੱਗੀ ਉਹ ਤੁਹਾਡਾ ਨਾਂ ਲਈ ਜਾਂਦੇ ਕੀ ਗੱਲਬਾਤ ਹੋਈ ਸਰ ਕੌਣ ਕਹਿ ਰਿਹਾ
ਯਾਰ ਪਰਿਵਾਰ ਕਹਿ ਰਿਹਾ ਜਿਨ੍ਹਾਂ ਦੇ ਘਰ ਨੂੰ ਅੱਗ ਲੱਗੀ ਆ ਸਰ ਹੁਣ ਸਾਨੂੰ ਮਿਲੇ ਨਹੀਂ ਰਹੇ ਅਸੀਂ ਉਹਨਾਂ ਦੇ ਘਰੇ ਜਾ ਕੇ ਆਏ ਹਾਂ ਹਜੇ ਅਸੀਂ ਪੁਲਿਸ ਕੰਪਲੇਂਟ ਵੀ ਨਹੀਂ ਕੀਤੀ ਅੱਛਾ ਅੱਛਾ ਉਹਨਾਂ ਦੇ ਘਰੇ ਜਾ ਕੇ ਆਏ ਹਾਂ ਸਾਨੂੰ ਕੀ ਗੱਲ ਕੀ ਥੋੜ੍ਹਾ ਦੱਸ ਦਿਓ ਕਿ ਕੀ ਗੱਲਬਾਤ ਕੀ ਹੋਈ ਸੀਗੀ ਗੱਲਬਾਤ ਕੁਛ ਨਹੀਂ ਹੋਈ ਲੜਕੀ ਲੜਕੀ ਵਾਲਾ ਕੀ ਮਸਲਾ ਉਹ ਤਸਵੀਰਾਂ ਤੁਸੀਂ ਫਿਲਹਾਲ ਜਿਨ੍ਹਾਂ 'ਤੇ ਦੋਸ਼ ਲੱਗਿਆ ਸੀ ਉਹਨਾਂ ਦੇ ਘਰ ਆਏ ਸੀ ਪਰ ਫਿਲਹਾਲ ਦੱਸਣ ਲਈ ਤਿਆਰ ਨਹੀਂ ਹੈ ਆਕਾਸ਼ ਲੜਕੇ ਦਾ ਨਾਮ ਹੈ ਤੁਹਾਡੇ ਦੂਜੇ ਬ੍ਰਦਰ ਦਾ ਕੀ ਨਾਮ ਹੈ ਉਹਦਾ ਨਾਮ ਅਮਨ ਹੈ ਉਹ ਕੰਮ 'ਤੇ ਅਮਨ ਚਲੋ ਅਮਨ ਅਤੇ ਆਕਾਸ਼ ਦਾ ਨਾਮ ਹੀ ਲੈ ਰਹੇ ਸੀ ਉਹ ਸੋ ਅਮਨ ਅਤੇ ਆਕਾਸ਼ ਦਾ ਨਾਮ ਲੈ ਰਹੇ ਸੀ ਕਿ ਇਹਨੇ ਦੋਸ਼ 'ਤੇ ਲੱਗੇ ਇਹਨਾਂ 'ਤੇ ਵੀ ਘਰ ਨੂੰ ਅੱਗ ਲੱਗੀ ਸੋ ਫਿਲਹਾਲ ਇਹਨਾਂ ਦਾ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਸੋ ਦੇਖਣਾ ਹੋਵੇਗਾ ਕਿ ਪੁਲਿਸ ਅਗਲੀ ਕਾਰਵਾਈ ਕੀ ਕਰਦੀ ਆ ਜ਼ਿਆਦਾ ਸੀਰੀਅਸ ਹੋ ਗਏ ਅੱਛਾ ਟੈਨਸ਼ਨ ਦੇ ਨਾਲ ਟੈਨਸ਼ਨ ਕਰਕੇ ਹਾਂਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਜਿਹਦੇ ਘਰ ਦੇ ਅੱਗ ਲੱਗੀ ਹੈ ਉਹਨਾਂ ਦੇ ਲੇਡੀ ਜਿਹੜੇ ਹੈਗੇ ਆ ਸਦਮੇ ਕਾਰਨ ਜਿਹੜਾ ਹੈਗਾ ਉਹ ਕਾਫੀ ਢਿੱਲੇ ਹੋ ਗਏ ਆ ਸੋ ਐਂਬੂਲੈਂਸ ਦੋ ਲੇਡੀਜ਼ ਦੋ ਲੇਡੀਜ਼ ਹੋਏ ਆ ਇਹ ਦੋਨੇ ਆਪਸ ਲੇਡੀਜ਼ ਕੀ ਲੱਗਦੇ ਦੋਨੇ ਇਹ ਦਰਾਣੀ ਜਠਾਣੀ ਹੈ ਸੋ ਘਰ ਨੂੰ ਅੱਗ ਲੱਗਣ ਕਰਕੇ ਇਹੀ ਇਸੇ ਕਰਕੇ ਹੋਇਆ ਕਿ ਹੋਰ ਕੋਈ ਦਿੱਕਤ ਇਸੇ ਕਰਕੇ ਹੋਇਆ ਹੈ ਇਸੇ ਕਰਕੇ ਹੀ ਹੋਇਆ ਜੀ ਇਹ ਕੁਛ ਜੀ ਜੀ ਬਿਲਕੁਲ ਸੋ ਤੁਸੀਂ ਦੇਖਦੇ ਹੋ ਕਿ ਸੁਭਾਵਿਕ ਹੈ ਕਿ ਘਰ ਨੂੰ ਪੂਰੇ ਨੂੰ ਅੱਗ ਲੱਗਣ ਤੋਂ ਬਾਅਦ ਪਰਿਵਾਰ ਦੇ ਜਿਹੜਾ ਹੈਗਾ ਸਦਮੇ ਦੇ ਵਿੱਚ ਹੈ ਔਰ ਕਾਫੀ ਬੇਹੋਸ਼ੀ ਦੀ ਹਾਲਾਤ ਦੇ ਵਿੱਚ ਹੋਣੇ ਆ ਅਤੇ ਉਸ ਤੋਂ ਬਾਅਦ ਐਂਬੂਲੈਂਸ ਜਿਹੜੀ ਹੈਗੀ ਉਹਨਾਂ ਨੂੰ ਲੈ ਕੇ ਚੱਲੀ ਆ ਮੁਸੀਬਤ ਦਾ ਪਹਾੜ ਜਿਹੜਾ ਹੈਗਾ ਜ਼ਰੂਰ ਟੁੱਟਿਆ ਕੀ ਲੱਗਦਾ ਤੁਹਾਨੂੰ ਕਿ ਅੱਗ ਲਾਉਣ ਵਾਲਾ ਜਿਹੜਾ ਹੈਗਾ ਸਹੀ ਕੀਤਾ ਹੈ ਕਿ ਗਲਤ ਕੀਤਾ ਨਹੀਂ ਇਹ ਤਾਂ ਬਿਲਕੁਲ ਗਲਤ ਕੀਤਾ ਜੀ ਅੱਗ ਲਾਉਣ ਵਾਲਾ ਅਤੇ ਅਸੀਂ ਤਾਂ ਇਹ ਮੰਨਦੇ ਹਾਂ ਵੀ ਜੋ ਬੱਚਿਆਂ ਨੇ ਗਲਤੀ ਕੀਤੀ ਹੈ ਜੀ ਜੀ ਕਾਨੂੰਨੀ ਤੌਰ 'ਤੇ ਜੇ ਅਗਰ ਉਹਨਾਂ ਦੀ ਸਜ਼ਾ ਬਣਦੀ ਹੈ ਤਾਂ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਪਰ ਆਹ ਜਿਹੜੀ ਅੱਗ ਲਾਉਣ ਵਾਲੀ ਸਾਜਿਸ਼ ਹੈ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਸਾਜਿਸ਼ ਰਚੀ ਗਈ ਹੈ ਬਿਲਕੁਲ ਬਿਲਕੁਲ ਪਰ ਅਸੀਂ ਇਹ ਪਬਲਿਕ ਨੂੰ ਵੀ ਆਮ ਜਨਤਾ ਤੋਂ ਵੀ ਮੰਗ ਕਰਦੇ ਹਾਂ ਔਰ ਕਾਨੂੰਨ ਤੋਂ ਵੀ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਬਣਦੀ ਸਜ਼ਾ ਇੰਨੀ ਸਜ਼ਾ ਦੇਣੀ ਚਾਹੀਦੀ ਕਿ ਆਉਣ ਵਾਲੀਆਂ ਦੂਸਰੀਆਂ ਪੀੜ੍ਹੀਆਂ ਨੂੰ ਵੀ ਯਾਦ ਰਹੇ ਕਿਹਦੀ ਗੱਲ ਕਰ ਰਹੇ ਤੁਸੀਂ ਜਿਨ੍ਹਾਂ ਨੇ ਅੱਗ ਲਾਈ ਉਹਨਾਂ ਨੇ ਅੱਗ ਲਾਈ ਆ ਉਹਨਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਯਾਦ ਰਹੇ ਵੀ ਇਹੋ ਜਿਹੀ ਅਸੀਂ ਹਰਕਤ ਨਹੀਂ ਕਰਨੀ ਅਗਰ ਬੱਚਿਆਂ ਨੇ ਕੋਈ ਗਲਤੀ ਕੀਤੀ ਆ ਉਹਦੀ ਬਣਦੀ ਸਜ਼ਾ ਜੋ ਹੈ ਉਹ ਬੱਚਿਆਂ ਨੂੰ ਦਿੱਤੀ ਜਾਵੇ ਬਿਲਕੁਲ ਕਿਸੇ ਦੀ ਧੀ ਲੈ ਕੇ ਗਏ ਤਾਂ ਉਹ ਵੀ ਕਾਰਵਾਈ ਹੋਣੀ ਚਾਹੀਦੀ ਉਹ ਵੀ ਕਾਰਵਾਈ ਹੋਣੀ ਚਾਹੀਦੀ ਹੈ ਜੇ ਅਗਰ ਲੜਕੀ ਆਪਣੀ ਖੁਸ਼ੀ ਨਾਲ ਜਾਂਦੀ ਹੈ ਜਾਂ ਵਿਆਹ ਕਰਾਉਂਦੇ ਉਮਰ ਦੇ ਮੁਤਾਬਕ ਕਰਾਉਂਦੇ ਆ ਅਤੇ ਕਿਸੇ ਨੂੰ ਇਸ ਦਾ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਨਾ ਮਾਂ ਬਾਪ ਨੂੰ ਹੋਣਾ ਚਾਹੀਦਾ ਨਾ ਹੀ ਲੜਕੇ ਦੇ ਮਾਂ ਬਾਪ ਨੂੰ ਹੋਣਾ ਚਾਹੀਦਾ ਨਾ ਲੜਕੀ ਦੇ ਹੋਣਾ ਚਾਹੀਦਾ ਅਸੀਂ ਤਾਂ ਇਹ ਕਹਾਂਗੇ ਪਰ ਜੋ ਅਸੀਂ ਇਹ ਵੀ ਗਰਜਾਸ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਅੱਜ ਸਾਡੇ MLA ਸਾਹਿਬ ਨੂੰ ਵੀ ਸ਼੍ਰੀ ਕੁਲਤਾਰ ਸਿੰਘ ਨੂੰ ਅਤੇ ਆਮ ਲੋਕਾਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਜੋ ਬਣਦੀ ਕਾਰਵਾਈ ਆ ਇਹਨਾਂ 'ਤੇ ਕੀਤੀ ਜਾਵੇ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਅੱਜ ਗਰੀਬ ਨੂੰ ਇੱਟ ਜੋੜਨੀ ਵੀ ਮੁਸ਼ਕਲ ਹੈ ਘਰ ਦੇ ਵਿੱਚ ਚੱਪਲ ਲੈਣੀ ਵੀ ਉਹਨੂੰ ਮੁਸ਼ਕਲ ਹੈ ਆਪਣੇ ਬੱਚੇ ਦੀ ਪੜ੍ਹਾਈ ਦੀ ਕਾਪੀ ਲੈਣੀ ਵੀ ਮੁਸ਼ਕਲ ਹੈ ਪਰ ਇਹਨਾਂ ਲੋਕਾਂ ਨੇ ਸਾਜਿਸ਼ ਰਚੀ ਅਤੇ ਇੰਨਾ ਨੁਕਸਾਨ ਕੀਤਾ ਇਹਨਾਂ ਗਰੀਬਾਂ ਦਾ ਅਸੀਂ ਤਾਂ ਇਹ ਕਹਾਂਗੇ ਇਹਨਾਂ ਨੂੰ ਇੰਨਾ ਨੁਕਸਾਨ ਮਿਲਣਾ ਚਾਹੀਦਾ ਔਰ ਬਣਦੀ ਸਜ਼ਾ ਉਹਨਾਂ ਨੂੰ ਮੁੰਡਿਆਂ ਨੂੰ ਮਿਲਣੀ ਚਾਹੀਦੀ ਕੁੜੀ ਵਾਲਿਆਂ ਨੂੰ ਮਿਲਣੀ ਚਾਹੀਦੀ ਹੈ ਭੈਣ ਜੀ ਤੁਹਾਡਾ ਘਰ ਕਿੱਥੇ ਕਿ ਹੈਗਾ ਚਰਨਜੀਤ ਬਾਹਰ ਆ ਵੀ ਅੱਗ ਇੰਨੀ ਫੈਲ ਗਈ ਕਿਸੇ ਨੂੰ ਫੋਨ ਕਰੋ ਤੇ ਅਸੀਂ ਫੋਨ ਮੈਂ ਗੁਰਵਿੰਦਰ ਐਸ ਆਈ ਗੁਰਵਿੰਦਰ ਨੂੰ ਫੋਨ ਕੀਤਾ ਉਹਨਾਂ ਨੇ ਗਾਹ ਫੋਨ ਕੀਤਾ ਤੇ ਫਿਰ ਐਂਬੂਲੈਂਸ ਉਹ ਆ ਗਏ ਪਾਣੀ ਵਾਲੇ ਆ ਗਏ ਹਾਂਜੀ ਸਿਲੰਡਰ ਫੜਦਾ ਅੰਦਰ ਤਾਂ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਸਿਲੰਡਰ ਹੈਗਾ ਸਿਲੰਡਰ ਅਸੀਂ ਖੁਦ ਕੱਢਿਆ ਅੰਦਰੋਂ ਜੀ ਸਿਲੰਡਰ ਹਾਂਜੀ ਕੱਢਤਾ ਅੰਦਰ ਭੱਜ ਕੇ ਫਟਾਫਟ ਪਹਿਲਾਂ ਸਿਲੰਡਰ ਕੱਢਿਆ ਜਿੰਦਾ ਭੰਨ ਕੇ ਫਿਰ ਬੰਦ ਕਰ ਬਈ ਜਿਹੜਾ ਹੁੰਦਾ ਪਾਣੀ ਪਾਇਆ ਬਾਲਟੀ ਨਾਲ ਬਾਲਟੀ ਸਾਡੇ ਕੋਲ ਨਹੀਂ ਕੰਟਰੋਲ ਹੋਇਆ ਫਿਰ ਉਹਨੂੰ ਬੁਲਾਇਆ ਗਿਆ ਫਾਇਰ ਬ੍ਰਿਗੇਡ ਕਾਲ ਕਰਕੇ
ਉਹ ਆਏ ਤੇ ਫਿਰ ਉਹਨਾਂ ਨੇ ਹੀ ਅੱਗ ਨੂੰ ਕੰਟਰੋਲ ਕੀਤਾ ਜੀ। ਫਿਰ ਮਤਲਬ ਤੁਸੀਂ ਜੇ ਫੈਬਰਿਕੇਟ ਨਾ ਬਲੰਦੇ ਸਿਲੰਡਰ ਨਾ ਕਰਦੇ ਬਹੁਤ ਨੁਕਸਾਨ ਹੋ ਜਾਂਦਾ। ਹਾਂਜੀ ਗੁੰਡੇ ਨੁਕਸਾਨ ਹੋ ਜਾਂਦਾ, ਅੱਧੇ ਮਹੱਲੇ ਨੁਕਸਾਨ ਹੁੰਦਾ ਜੀ। ਤੁਹਾਡੇ ਮੁਤਾਬਕ ਕਿੰਨੇ ਕਿਸ ਦੋਸ਼ੀ ਸੀਗੇ ਜਿਨ੍ਹਾਂ ਨੇ ਅੱਗ ਲਾਈ ਹੈ? ਉਹ ਤਿੰਨ ਚਾਰ ਮੁੰਡੇ ਸੀਗੇ ਜੀ ਕਹਿੰਦੇ ਆਏ ਜਿਹੜੇ ਉਹਦੇ ਚ ਲੜਕੀ ਦਾ ਦੇਖਿਆ ਨਹੀਂਗਾ, ਦੇਖਿਆ ਨਹੀਂ, ਚਲੋ ਅੰਦਾਜ਼ਾ ਜਿਹੜਾ ਅੰਦਾਜ਼ੇ ਕਰ ਸਕਦੇ। ਰੋਜ਼ ਦੇ ਦੋ ਤਿੰਨ ਗੇੜੇ ਤਾਂ ਮਾਰਦੇ ਹੀ ਮਾਰਦੇ ਆ, ਦੋ ਤਿੰਨ ਗੇੜੇ ਮਾਰਦੇ ਡੇਲੀ ਹੀ। ਹਾਂਜੀ ਵੇ ਨਾਂਗਾ ਮਾਰਦੇ ਆ ਜੀ ਗੇੜੇ, ਉਹ ਪੂਰਾ ਪਵਾ ਕਰ ਦੋ। ਹਾਂਜੀ ਹਾਂਜੀ, ਦੇਖੋ ਜਿਨ੍ਹਾਂ ਦੀ ਲੜਕੀ ਗੁੰਮ ਹੋਈ ਉਹਨਾਂ ਨੇ ਤਾਂ ਗੇੜੇ ਮਾਰਨੇ ਆ, ਉਹ ਤਾਂ ਸੁਭਾਵਿਕ ਹੈ। ਦੇਖੋ ਜੀ ਮੇਰੀ ਗੱਲ ਸੁਣੋ, ਗੇੜਾ ਮਾਰਨਾ ਆਪਣਾ ਕਹਿੰਦੇ ਹੈਗੇ, ਦੇਖੋ ਧੀਆਂ ਭੈਣਾਂ ਸਭ ਦੀਆਂ ਹੁੰਦੀਆਂ ਹੈਗੀਆਂ, ਤੇ ਪਰ ਉਹਨਾਂ ਦਾ ਇਹ ਫਰਜ਼ ਨਹੀਂ ਬਣਦਾ ਵੀ ਇੱਥੇ ਤੇ ਅੱਗ ਲਾਉਣ ਦਾ ਫਰਜ਼ ਨਹੀਂ ਬਣਦਾਗਾ। ਆਉਂਦੇ ਐਮਸੀ ਕੋਲੇ ਜਾਂਦੇ, ਜੋ ਵੀ ਕਾਰਵਾਈ ਹੈਗੀ ਹੈ ਉਸ ਨੂੰ ਸਜ਼ਾ ਮਿਲ ਸਕਦੀ ਹੈ। ਅੰਦਰ ਜਾਣ ਤੋਂ ਪਹਿਲੇ ਕਿਸੇ ਨੂੰ ਬੁਲਾਉਂਦੇ, ਪਰ ਉਹ ਕਿਸੇ ਨੂੰ ਪੁੱਛਦੇ ਨਹੀਂ, ਸਿੱਧਾ ਡਾਇਰੈਕਟਲੀ ਅੰਦਰ ਚੜ ਜਾਂਦੇ ਸੀ, ਪਰ ਕਿਸੇ ਦੇ ਘਰੇ ਆਪਾਂ ਅੱਗ ਨਹੀਂ ਲਾ ਸਕਦੇ ਕਿ ਬਿਲਕੁਲ ਦੀਵਾਰ ਟੱਪ ਕੇ ਅੰਦਰ ਚਲੇ ਜਾਂਦੇ ਸੀਗੇ ਉਹ। ਜੋ ਵੀ ਹੈਗਾ ਤੇ ਕਾਰਵਾਈ ਬਣਦੀ, ਕਾਰਵਾਈ ਬਣਨੇ ਇਹਨਾਂ ਨੂੰ ਕੁਛ ਨਾ ਕੁਛ ਵਿਚਾਰਿਆਂ ਨੂੰ ਦਵਾਉਣ, ਇੰਨਾ ਅੱਜ ਕੱਲ੍ਹ ਤੁਹਾਨੂੰ ਪਤਾ ਸੂਈ ਲੈਣੀ ਮੁਸ਼ਕਲ ਆਪਾਂ ਨੂੰ, ਤੇ ਗਰੀਬ ਪਰਿਵਾਰ ਹੈਗਾ ਤੇ ਛੱਤ ਦਾ ਵੀ ਕਿੰਨਾ ਨੁਕਸਾਨ ਹੋ ਘਰਾਂ 'ਚ ਕੰਮ ਕਰਦੇ, ਘਰਾਂ 'ਚ ਕੰਮ ਕਰਦੇ ਆ, ਲੋਨ ਚੱਕੇ ਹੋਏ ਸੀਗੇ ਜੀ। ਉਹ ਵਿਚਾਰੀ ਨੇ ਮਿਹਨਤ ਨਾਲ ਪਤਾ ਨਹੀਂ ਕਿਸ ਤਰ੍ਹਾਂ ਥੋੜ੍ਹਾ ਬਹੁਤਾ ਕੀਤਾ, ਆਪਣਾ ਸਮਾਨ ਵਗੈਰਾ ਬਣਾਇਆ, ਰਾਖ ਕਰ ਦਿੱਤਾ ਗਿਆ ਸਾਰਾ ਹੀ। ਹੁਣ ਇੱਕ ਦੀ ਗਲਤੀ ਤੇ ਪਰਿਵਾਰ ਨੂੰ ਸਾਰਿਆਂ ਨੂੰ ਸਜ਼ਾ ਮਿਲ ਗਈ, ਇਸ ਤਰ੍ਹਾਂ ਨਹੀਂ ਨਾ ਹੋ ਸਕਦਾ ਗਾ। ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਫਿਲਹਾਲ ਪਰਿਵਾਰ ਨਾਲ ਗੱਲਬਾਤ ਕੀਤੀ, ਆਸ ਪੜੋਸ ਨਾਲ ਗੱਲਬਾਤ ਕੀਤੀ, ਰਾਤ ਨੂੰ 12 ਵਜੇ ਅੱਗ ਲਾਈ ਗਈ ਸੀ ਲੜਕੀ ਦੇ ਪਰਿਵਾਰ ਵੱਲੋਂ, ਕਿਹਨੇ ਲਾਈ ਹੈ ਫਿਲਹਾਲ ਸਪਸ਼ਟ ਨਹੀਂ ਹੋਇਆ, ਸੋ ਇਸ ਨੂੰ ਲੈ ਕੇ ਅਸੀਂ ਪੁਲਿਸ ਦੇ ਕਿਸੇ ਅਧਿਕਾਰੀ ਨਾਲ ਗੱਲਬਾਤ ਵੀ ਕਰਾਂਗੇ। ਘਰ ਵਿੱਚ ਲੱਗੀ ਅੱਗ ਤੋਂ ਬਾਅਦ ਸਾਡੇ ਨਾਲ SHO ਸਰਦਾਰ ਬਲਜਿੰਦਰ ਪਾਲ ਸਾਡੇ ਨਾਲ ਜੁੜੇ ਗੱਲਬਾਤ ਕਰਦੇ ਹਾਂ। ਸਰ ਜਿਹੜੀ ਅੱਗ ਲੱਗੀ ਹੈ, ਕੀ ਮਾਮਲਾ ਹੈ ਇਸ ਤਰ੍ਹਾਂ ਦਾ? ਇਹ ਜੀ ਕੁਲਦੀਪ ਕੁਮਾਰ ਆ, ਦਰਜੀ ਦਾ ਕੰਮ ਕਰਦਾ ਜੀ, ਗਲਾਲੇੜਾ ਰੋਡ 'ਤੇ, ਉਹਦੇ ਘਰ ਨੂੰ ਅੱਗ ਲੱਗੀ ਹੈ ਰਾਤੀ 10 ਤੋਂ 1 ਵਜੇ ਸਾਰੇ ਕਹਿੰਦੇ ਆ ਜੀ ਜੀ, ਪਰ ਜਦੋਂ ਰਾਤੀ ਅੱਗ ਲੱਗੀ ਹੈ ਸਾਨੂੰ ਉਸ ਟਾਈਮ ਕਿਸੇ ਨੇ ਕੋਈ ਕਾਲ ਨਹੀਂ ਕੀਤੀ ਜੀ ਜੀ, ਕੋਈ ਹੈਲਪ ਨਹੀਂ ਮੰਗੀ ਗਈ ਜੀ ਜੀ, ਸਾਨੂੰ ਮੋਰਨਿੰਗ ਪਤਾ ਲੱਗਿਆ ਇਸ ਗੱਲ ਦਾ ਜੀ ਜੀ, ਅਤੇ ਹੁਣ ਇਹ ਜਾ ਕੇ ਮੌਕਾ ਦੇਖਿਆ ਜੀ ਜੀ, ਉਹਦੇ ਘਰ ਨੂੰ ਅੱਗ ਲੱਗ ਕੇ ਉਹਦੇ ਕਮਰੇ ਹੋਰ ਕਾਫੀ ਸਮਾਨ ਸੀ ਵਿੱਚ ਸੜ ਚੁੱਕਾ ਜੀ ਜੀ ਜੀ, ਹੁਣ ਉਹ ਸ਼ੱਕ ਕਰਦੇ ਆ ਕਿ ਤਿੰਨ ਬੰਦੇ ਇੱਥੋਂ ਦੇ, ਫਕੀਰ ਚੰਦ, ਅਮਨ, ਆਕਾਸ਼ ਉਹਦੇ ਬੇਟੇ ਆ ਜੀ ਜੀ, ਉਹਨਾਂ 'ਤੇ ਸ਼ੱਕ ਕਰਦੇ ਆ ਜੀ ਜੀ, ਅਤੇ ਲੜਕੀ ਜਿਹੜੀ ਹੈਗੀ ਹੈ, ਮਾਮਲਾ ਕੀ ਸੀਗਾ, ਲੜਕੀ ਭਜਾ ਕੇ ਲੱਗੇ ਸੀ, ਕੀ ਮਾਮਲਾ ਹੈਗਾ? ਮਾਮਲਾ ਇਹ ਜ਼ਾਹਰ ਕਰਦੇ ਆ ਜੀ ਵੀ ਇਹਦਾ ਜਿਹੜਾ ਕੁਲਦੀਪ ਕੁਮਾਰ ਆ ਜਿਹਦੇ ਘਰ ਨੂੰ ਅੱਗ ਲੱਗੀ ਆ ਜੀ ਜੀ, ਇਹਦਾ ਬ੍ਰਦਰ ਇੱਥੋਂ ਕਿਸੇ ਲੜਕੀ ਨਾਲ ਲਵ ਮੈਰਿਜ ਕਰਵਾਈ ਆ ਉਹਨੇ ਜੀ ਜੀ, ਅਤੇ ਉਹੀ ਸ਼ੱਕ ਕਰਦੇ ਆ ਵੀ ਜਿਹਨਾਂ ਦੀ ਲੜਕੀ ਨਾਲ ਲਵ ਮੈਰਿਜ ਕਰਵਾਈ ਆ ਜੀ ਜੀ, ਹੋ ਸਕਦਾ ਉਹਨਾਂ ਨੇ ਸਾਡੇ ਇਹ ਸ਼ਰਾਰਤ ਕੀਤੀ ਹੈ। ਫਰਦਰ ਹੁਣ ਤੁਹਾਡੀ ਕਿਸਾਂ ਦੀ ਕਾਰਵਾਈ, ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ, ਜੋ ਹਾਲਾਤ ਹੋਣਗੇ ਉਸ ਅਨੁਸਾਰ ਕਾਰਵਾਈ ਕੀਤੀ ਜਾਏਗੀ। ਥੈਂਕ ਯੂ। ਸੋ ਫਿਲਹਾਲ SHO ਸਾਹਿਬ ਦਾ ਕਹਿਣਾ ਕਿ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ, ਕੰਪਲੇਨ ਇਹਨਾਂ ਕੋਲ ਆ ਚੁੱਕੀ ਹੈ ਔਰ ਇਨਵੈਸਟੀਗੇਸ਼ਨ ਚੱਲ ਰਹੀ ਆ, ਸੋ ਜਿਹੜਾ ਦੋਸ਼ੀ ਹੋਊਗਾ ਉਸ 'ਤੇ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਕੈਮਰਾ ਪਰਸਨ ਦੀਪਕ ਗੱਡਵਾਲ ਦੇ ਨਾਲ ਮੈਂ ਸੁਨੀਲ ਜਿੰਦਲ, ਪ੍ਰਾਈਮ ਅਤੇ ਕੋਟਕਪੁਰਾ। ਬਾਬਾ ਆਲਮ ਸ਼ਾਹ ਬੰਗਾਲੀ ਤੋਂ ਕਰਵਾਓ ਹਰ ਸਮੱਸਿਆ ਦਾ ਸਮਾਧਾਨ। ਵਸ਼ੀਕਰਨ ਜਾਦੂ ਟੂਣਾ ਕੀਤਾ ਕਿਰਾਇਆ, ਪਤੀ ਪਤਨੀ ਵਿੱਚ ਅਣਬਣ, ਵਿਆਹ ਸ਼ਾਦੀ ਚ ਪਰੇਸ਼ਾਨੀ, ਲਵ ਮੈਰਿਜ ਲਈ ਮਾਤਾ ਪਿਤਾ ਨੂੰ ਮਨਾਉਣਾ, ਨੌਕਰੀ ਕਾਰੋਬਾਰੀ ਚ ਪਰੇਸ਼ਾਨੀ, ਸੌਂਕਣ ਦੁਸ਼ਮਣ ਤੋਂ ਛੁਟਕਾਰਾ, ਮੁੱਠ ਕਰਨੀ ਦੇ ਉਸਤਾਦ, ਕੋਰਟ ਕਚਹਿਰੀ ਦੇ ਚੱਕਰ, ਵਿਦੇਸ਼ ਯਾਤਰਾ ਵਿੱਚ ਰੁਕਾਵਟ ਅਤੇ ਪਿਆਰ ਵਿੱਚ ਧੋਖਾ ਖਾਣ ਵਾਲੇ ਪ੍ਰੇਮੀ ਪ੍ਰੇਮਿਕਾ, ਜ਼ਰੂਰ ਸੰਪਰਕ ਕਰੋ ਬਾਬਾ ਆਲਮ ਸ਼ਾਹ ਬੰਗਾਲੀ ਲੁਧਿਆਣਾ। ਜਟਿਲ ਤੋਂ ਜਟਿਲ ਸਮੱਸਿਆਵਾਂ ਦਾ ਸਮਾਧਾਨ ਗਰੰਟੀ ਨਾਲ। ਮੋਬਾਈਲ ਨੰਬਰ 9815818880।